ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੁਲਾਬ ਜਾਮਣ ਬਣਾਉਣ ਜਾ ਰਹੇ ਹਾਂ ਬ੍ਰੈਡ ਦੇ, ਜਿਹਦੇ ਲਈ ਸਾਨੂੰ ਸਮਾਨ ਚਾਹੀਦਾ, ਬ੍ਰੈਡਾਂ ਚਾਹੀਦੀਆਂ ਨੇ, ਉਹਨਾਂ ਦੇ ਵਿੱਚ ਕਿਸਮਿਸ਼ ਚਾਹੀਦੀ ਆ, ਅਤੇ ਜਿਹੜੀ ਚਾਸ਼ਨੀ ਬਣਾਉਣੀ ਆ ਉਹਦੇ ਲਈ ਇਲਾਇਚੀ ਚਾਹੀਦੀ ਆ, ਚਾਸ਼ਨੀ ਬਣਾਉਣ ਲਈ ਚੀਨੀ ਚਾਹੀਦੀ ਆ, ਆਟਾ ਗੁੰਨਣ ਲਈ ਦੁੱਧ ਚਾਹੀਦਾ ਜਿਹੜਾ ਕਿ ਮੈਂ ਪਹਿਲਾਂ ਹੀ ਗਾੜਾ ਕਰਕੇ ਠੰਡਾ ਕਰਕੇ ਰੱਖਿਆ ਹੋਇਆ। ਹੁਣ ਜੀ ਤੁਸੀਂ ਬ੍ਰੈਡ ਲੈਣੇ ਨੇ, ਜੋ ਬ੍ਰੈਡ ਦਾ ਬਰਾਊਨ ਪਾਸਾ ਉਹਨਾਂ ਨੂੰ ਕੱਟ ਦੇਣਾ ਬਿਲਕੁਲ, ਜਿਹੜਾ ਤੁਸੀਂ ਬਰਾਊਨ ਪਾਸਾ ਕੱਟਦੇ ਹੋ ਇਹਦੀ ਤੁਸੀਂ ਬਰਫੀ ਵੀ ਬਣਾ ਸਕਦੇ ਹੋ। ਕਿਹੜੀ ਮੰਮੀ? ਉਹ ਕਿਸੇ ਹੋਰ ਰੈਸਿਪੀ 'ਚ ਦੱਸਾਂਗੇ, ਉਹ ਫਿਰ ਦੱਸਾਂਗੇ, ਮੈਨੂੰ ਤਾਂ ਦੱਸਦਾ, ਉਹ ਫਿਰ ਦੱਸਾਂਗੇ, ਸੀਕ੍ਰੇਟ ਲੀਕ ਕਰ ਦੇਂਗੀ ਮੰਮੀ। ਮੈਂ ਦੋ ਗੁੜੀ ਮੈਂ ਕੱਟ ਧਿਆਨ ਨਾਲ ਹੱਥ ਦੇ ਮਾਰ ਲਈ ਮੇਰੇ ਮੰਮੀ। ਹਾਂ ਵਧੀਆ ਰੰਗ ਦਾ ਕੱਟਣਾ ਖੋਲ੍ਹਾ ਨਾ, ਬਣਾਉਣਾ ਨਹੀਂ ਵਧੀਆ ਲੱਗਦਾ। ਹਾਂ ਹੋਰ ਬੋ ਹਾਂਜੀ, ਤੁਸੀਂ ਇਹਨੂੰ ਫਿਰ ਚੰਗੀ ਤਰ੍ਹਾਂ ਭੋਰ ਲੈਣਾ, ਜੇ ਇਹ ਚੰਗੀ ਤਰ੍ਹਾਂ ਨਹੀਂ ਹੁੰਦਾ ਤਾਂ ਤੁਸੀਂ ਗ੍ਰਾਇੰਡ ਵੀ ਕਰ ਸਕਦੇ ਹੋ। ਇਹ ਭੋਰਨ ਲਈ ਜ਼ਿਆਦਾ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ, ਇਸ ਕਰਕੇ ਅਸੀਂ ਇਸ ਨੂੰ ਹੁਣ ਗ੍ਰਾਇੰਡ ਕਰ ਲਿਆ। ਹਾਂਜੀ ਹੁਣ ਇਹ ਸਾਡਾ ਬ੍ਰੈਡ ਬਿਲਕੁਲ ਗ੍ਰਾਇੰਡ ਹੋ ਗਿਆ, ਹੁਣ ਤੁਸੀਂ ਇਹਦੇ ਵਿੱਚ ਜਿਹੜਾ ਤੁਸੀਂ ਦੁੱਧ ਗਾੜਾ ਕਰਕੇ ਰੱਖਿਆ ਹੋਇਆ ਇਹ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ। ਹਾਂਜੀ ਸਾਡਾ ਆਟਾ ਹੁਣ ਬਿਲਕੁਲ ਤਿਆਰ ਹੋ ਗਿਆ। ਹੈਲੋ ਜੀ, ਆਟਾ ਤਿਆਰ ਹੋ ਗਿਆ। ਹਾਂਜੀ ਹੁਣ ਅਸੀਂ ਗੁਲਾਬ ਜਾਮਣਾ ਬਣਾਉਣ ਲਈ ਪੈਨ ਚੁੱਲ੍ਹੇ ਉੱਤੇ ਰੱਖ ਲਿਆ, ਇਹਦੇ ਵਿੱਚ ਰਿਫਾਇੰਡ ਪਾਓ, ਰਿਫਾਇੰਡ ਤੇਲ ਇੰਨਾ ਕੁ ਪਾਓ ਜਿਹਦੇ ਵਿੱਚ ਗੁਲਾਬ ਜਾਮਣਾ ਤੁਹਾਡੀਆਂ ਆਸਾਨੀ ਨਾਲ ਤਲੀਆਂ ਜਾ ਸਕਣ। ਜਿੰਨੀ ਦੇਰ ਤੱਕ ਤੇਲ ਤਿਆਰ ਹੁੰਦਾ ਉਨੀ ਦੇਰ ਤੱਕ ਅਸੀਂ ਆਪਣੀਆਂ ਗੁਲਾਬ ਜਾਮਣਾ ਵਰਤ ਲਈ ਬਣਾ ਲਈ, ਕਿਉਂਕਿ ਇਹ ਫੁੱਲ ਜਾਂਦੀ ਹੈ, ਥੋੜ੍ਹਾ ਜਿਹਾ ਘੱਟ ਆਟਾ ਲੈ ਕੇ ਬਣਾਉਣੀ ਪੈਂਦੀ ਹੈ। ਇਹਦੇ ਵਿੱਚ ਇੱਥੇ ਕੋਈ ਬਦਾਮ ਲਾ ਲੈਂਦਾ, ਕੋਈ ਕਿਸ਼ਮਿਸ਼ ਲਾ ਲੈਂਦਾ, ਕੁਛ ਵੀ ਲਗਾ ਲਓ। ਹਾਂਜੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਹੱਥਾਂ ਨਾਲ ਦੱਬ ਕੇ, ਜਿਹੜੀ ਇਹਦੇ ਵਿੱਚ ਕੋਈ ਵੀ ਤੇੜ ਨਾ ਰਹੇ, ਜੇ ਇਹਦੇ ਵਿੱਚ ਤੇੜ ਰਹਿ ਜਾਂਦੀ ਹੈ ਤਾਂ ਇਹ ਤੇਲ ਦੇ ਵਿੱਚ ਫਟ ਜਾਂਦੀਆਂ ਨੇ। ਛੋਟੀਆਂ ਇਸ ਲਈ ਬਣਾਉਣੀਆਂ ਪੈਂਦੀਆਂ ਛੋਟੀਆਂ ਇਸ ਕਰਕੇ ਬਣਾਈਆਂ ਨੇ ਕਿਉਂਕਿ ਜਦੋਂ ਆਪਾਂ ਨੇ ਇਹ ਚਾਸ਼ਣੀ ਦੇ ਵਿੱਚ ਸਿੱਟਣੀਆਂ ਨੇ, ਚਾਸ਼ਣੀ ਗਰਮ ਹੁੰਦੀ ਹੈ ਅਤੇ ਇਹ ਵੈਸੇ ਵੀ ਫੁੱਲ ਜਾਂਦੀਆਂ ਨੇ ਕਿਉਂਕਿ ਖਮੀਰੇ ਆਟੇ ਦੀ ਹੁੰਦੀ ਹੈ। ਜਦੋਂ ਤੱਕ ਸਾਡਾ ਤੇਲ ਤਿਆਰ ਹੁੰਦਾ ਉਦੋਂ ਤੱਕ ਅਸੀਂ ਇਹਦੇ ਗੋਲੇ ਬਣਾ ਲਈਏ। ਜਦੋਂ ਤੁਸੀਂ ਗੁਲਾਬ ਜਾਮਣ ਬਣਾਉਣੀ ਆ ਤੁਸੀਂ ਇਹਦੇ ਵਿੱਚ ਦਾਗ, ਕਾਜੂ, ਬਦਾਮ ਕੁਛ ਵੀ ਪਾ ਸਕਦੇ ਹੋ, ਪਾ ਕੇ ਇਹਨੂੰ ਰੈਪ ਕਰ ਦਿਓ ਵਿੱਚ, ਫਿਰ ਇਹਦਾ ਗੋਲਾ ਬਣਾ ਲਓ। ਹਾਂਜੀ ਸਾਡਾ ਤੇਲ ਤਿਆਰ ਹੋ ਚੁੱਕਿਆ ਤਲਣ ਦੇ ਲਈ। ਹਾਂਜੀ ਸਾਡਾ ਤੇਲ ਗਰਮ ਹੋ ਚੁੱਕਿਆ, ਹੁਣ ਇਹਦੇ ਵਿੱਚ ਅਸੀਂ ਗੁਲਾਬ ਜਾਮਣਾਂ ਪਾਉਣੀਆਂ ਨੇ। ਇਹਨੂੰ ਜ਼ਿਆਦਾ ਤੇਜ਼ ਫਲੇਮ 'ਤੇ ਨਹੀਂ ਤਲਣਾ ਕਿਉਂਕਿ ਸੜ ਜਾਂਦੀਆਂ ਨੇ, ਸਲੋ ਸਲੋ ਤਲਣੀਆਂ ਨੇ। ਇਹਨਾਂ ਨੂੰ ਅਸੀਂ ਉਦੋਂ ਤੱਕ ਤਲਣਾ ਜਦੋਂ ਤੱਕ ਇਹ ਬਰਾਊਨ ਨਹੀਂ ਹੋ ਜਾਂਦਾ। ਲੋਕ ਕਹਿਣਗੇ ਟੱਬਰ ਐਡਾ ਬੜਾ ਗੁਲਾਬ ਜਾਮਣ, ਛੋਟੀਆਂ ਥੋੜੀਆਂ ਜਿਹੀਆਂ, ਇੱਕ ਇੱਕ ਗੁਲਾਬ ਜਾਮਣ ਹੀ ਆਊ ਇੱਕ ਇੱਕ ਚੀਜ਼ ਨੂੰ, ਕਿਉਂਕਿ ਰੋਜ਼ ਹੀ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਾਂ, ਕਦੇ ਕੁਛ ਬਣਾ ਲਿਆ ਕਦੇ ਕੁਛ ਬਣਾ ਲਿਆ, ਇਸ ਕਰਕੇ ਥੋੜ੍ਹੀਆਂ ਜਿਹੀਆਂ ਬਣਾਈਆਂ ਨੇ ਰਾਤ ਲਈ ਖਾਣੇ ਤੋਂ ਬਾਅਦ ਸਵੇਰ ਡਿਸ਼ ਖਾਣ ਲਈ। ਹਾਂਜੀ ਹੁਣ ਇਹਨਾਂ ਦਾ ਰੰਗ ਚੇਂਜ ਹੋ ਚੁੱਕਿਆ, ਮਾਸੇ ਤਕਰੀਬਨ ਪੱਕ ਚੁੱਕੀਆਂ ਨੇ, ਹੁਣ ਅਸੀਂ ਇਹਨਾਂ ਨੇ ਤੇਲ ਦੇ ਵਿੱਚੋਂ ਬਾਹਰ ਕੱਢ ਲਿਆ।
ਗੋਲੇ ਚੰਗੀ ਤਰ੍ਹਾਂ ਬਣੇ ਹੋਏ ਸੀ, ਦੇਖੋ ਕੋਈ ਵੀ ਨਹੀਂ ਫਟੀ ਹੈ। ਹਾਂਜੀ, ਜੋ ਅਸੀਂ ਹੁਣ ਦੁਬਾਰਾ ਗੁਲਾਬ ਜਾਮਣਾਂ ਪਾਈਆਂ ਸੀ ਉਹ ਵੀ ਪੱਕ ਕੇ ਤਿਆਰ ਹੋ ਚੁੱਕੀਆਂ ਨੇ। ਹਾਂਜੀ, ਹੁਣ ਅਸੀਂ ਚਾਸ਼ਨੀ ਬਣਾਉਣੀ ਆ। ਸਾਡੇ ਕੋਲ ਸਿੰਗਲ ਚੁੱਲ੍ਹਾ ਸੀ, ਅਸੀਂ ਬਾਹਰ ਬੈਠੇ ਸੀ, ਇਸ ਕਰਕੇ ਅਸੀਂ ਚਾਸ਼ਨੀ ਬਾਹਰ ਵਿੱਚ ਬਣਾ ਰਹੇ ਹਾਂ। ਜਿੱਦਾਂ ਕਿ ਤੁਸੀਂ ਇੱਕ ਕੌਲੀ ਚੀਨੀ ਦੀ ਲੈਣੀ ਹੈ, ਇਹਨੂੰ ਪੈਨ ਵਿੱਚ ਪਾ ਲਓ। ਇਹਦੇ ਵਿੱਚ ਤੁਸੀਂ ਡੇਢ ਗੁਣਾ ਪਾਣੀ ਪਾਉਣਾ, ਯਾਨੀ ਕਿ ਡੇਢ ਕੌਲੀ। ਹੁਣ ਤੁਸੀਂ ਇਹਨੂੰ ਗੈਸ ਦੇ ਉੱਤੇ ਪੱਕਣ ਲਈ ਰੱਖ ਦਿਓ। ਜਿੰਨੀ ਦੇਰ ਤੱਕ ਚੀਨੀ ਖੁਰ ਨਹੀਂ ਜਾਂਦੀ ਤੁਸੀਂ ਇਹਨੂੰ ਹੌਲੀ ਹੌਲੀ ਚਲਾਉਂਦੇ ਰਹੋ। ਸੋ ਆਪਣੀਆਂ ਗੁਲਾਬ ਜਾਮਣਾਂ ਬਣੀਆਂ ਪਈਆਂ। ਹੁਣ ਆਪਾਂ ਤਿਆਰ ਕਰ ਰਹੇ ਹਾਂ ਚਾਹਣੀ। ਤੁਸੀਂ ਇਹਦੇ ਵਿੱਚ ਫਲੇਵਰ ਲਈ ਛੋਟੀ ਇਲਾਇਚੀ ਪਾ ਸਕਦੇ ਹੋ ਕੁੱਟ ਕੇ, ਇਹ ਜੋ ਕਿ ਮੈਂ ਪਹਿਲਾਂ ਹੀ ਕੁੱਟ ਕੇ ਰੱਖੀ ਹੋਈ ਸੀ। ਗੁਲਾਬ ਜਾਮਣ ਜਦੋਂ ਭਾਈ ਮਨਿੰਦਰ ਤੇਰੀ ਚਾਚੀ ਦਾ ਵਿਆਹ ਹੋਇਆ ਹੋਇਆ ਸੀ, ਕਿਉਂਕਿ ਇਹ ਵੀ ਘਰ 'ਚ ਸਾਰਿਆਂ ਤੋਂ ਛੋਟੀ ਸੀਗੀ, ਬਹੁਤ ਘੱਟ ਕੰਮ ਇਹਨੇ ਵੀ ਕਰਿਆ, ਉੱਥੇ ਨੂੰ ਪਤਾ ਨਹੀਂ ਸੀਂਦਾ ਵਿਚਾਰੀ ਨੂੰ, ਇਹਨੇ ਪਹਿਲੀ ਵਾਰੀ ਆ ਕੇ ਆਪਣੇ ਕੜੀ ਧਰੀ, ਇਹਨੇ ਕੜਛੀ ਕੱਢਤੀ ਵਿੱਚੋਂ, ਕੜੀ ਸਾਰੀ ਵਿਹੜੇ 'ਚ ਭੱਜੀ ਫਿਰੀ। ਰੱਜੂ ਕਹਿੰਦਾ ਆ ਕੀ ਕਰਤਾ, ਮੈਂ ਕਿਹਾ ਭਾਈ ਹਰਦੀਪ ਨੇ ਕੜਛੀ ਕੱਢਤੀ, ਸਾਰੀ ਸਾਡੀ ਕੜੀ ਖਰਾਬ ਹੋ ਗਈ, ਬੁਲਬਲਿਆਂ ਵਾਲੀ ਬਣ ਗਈ। ਇਹਦੇ ਕਹਿੰਦੀ ਹਾਏ ਦੀਦੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੱਢੀ ਦੀ ਨਹੀਂ, ਕੜੀ 'ਚੋਂ ਕੜਛੀ ਆਹ ਕੀ ਚੀਜ਼ ਬਣੀ। ਬਾਹਲੀਆਂ ਬਾਹਲੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲ ਰਹੀਆਂ ਨੇ। ਮੈਂ ਪਹਿਲੀ ਵਾਰ ਜਦੋਂ ਪ੍ਰੈਸ਼ਰ ਕੁੱਕਰ ਦਾ ਢੱਕਣ ਖੋਲ੍ਹ ਲਿਆ ਚੇਨਈ ਦੇ ਵਿੱਚ, ਮੇਰੇ ਨਾਲ ਦਾ ਕਹਿੰਦਾ ਪ੍ਰੈਸ਼ਰ ਕੁੱਕਰ 'ਚ ਦਾਲ ਧਰ ਲਈ, ਮੈਂ ਖੋਲ੍ਹ ਲਿਆ, ਮੈਂ ਤਾਂ ਢੱਕਣ ਬੰਦ ਕਰਨਾ ਹੀ ਨਾ ਆਇਆ, ਹੋਮੀ ਰਜਾਈ ਦਾਲ ਘੁਮਾ ਕੇ ਜੇ ਬੰਦ ਹੁੰਦਾ ਹੁੰਦਾ ਢੱਕਣ ਉਹਦਾ। ਮੈਨੂੰ ਲੱਗਦਾ ਕਿਸੇ ਨਾ ਕਿਸੇ ਸਬਸਕ੍ਰਾਈਬਰ ਨਾਲ ਵੀ ਹੋਈ ਹੋਣੀ ਆ ਇਹ, ਛੇਦੀ ਇਹਦੀ ਢੱਕਣ ਨਹੀਂ ਬੰਦ ਕਰਨਾ ਆਉਂਦਾ। ਹਾਂਜੀ, ਸਾਡੀ ਚਾਸ਼ਣੀ ਹੁਣ ਵਿੱਚਣ ਲੱਗ ਗਈ ਆ, ਬਸ ਇਹ ਤਿਆਰ ਹੋ ਚੁੱਕੀ ਆ, ਕਿਉਂਕਿ ਤਾਰ ਵਾਲੀ ਨਹੀਂ ਬਣਾਉਣੀ ਹੁੰਦੀ, ਵੈਸੇ ਚੀਨੀ ਘੋਲ ਕੇ ਥੋੜ੍ਹੀ ਜਿਹੀ ਰਝਾਉਣੀ ਹੁੰਦੀ ਆ। ਤੁਸੀਂ ਇਹਨਾਂ ਨੂੰ ਤਾਰ ਵਾਲੀ ਕਿਉਂ ਨਹੀਂ ਬਣਾਉਣੀ ਹੁੰਦੀ? ਨਹੀਂ, ਕਿਉਂਕਿ ਤਾਰ ਵਾਲੀ ਉਹ ਖੰਡ ਬਣ ਜਾਂਦੀ ਆ, ਜਦੋਂ ਤੁਸੀਂ ਇਹਨਾਂ ਨੂੰ ਵਿੱਚ ਪਾਓਗੇ ਖੰਡੇ ਨੂੰ ਲੱਗ ਜਾਣੀ ਇਹਨਾਂ ਦੇ ਵਿੱਚ, ਕੁਛ ਨਹੀਂ ਪੈਣਾ ਹੈਗਾ। ਅਤੇ ਬਿਲਕੁਲ ਗੈਸ ਨੂੰ ਸਲੋਅ ਕਰ ਦਿਓ, ਜਿਹੜੀਆਂ ਗੁਲਾਬ ਜਾਮਣਾਂ ਨੇ ਉਹਨਾਂ ਨੂੰ ਚਾਸ਼ਣੀ ਦੇ ਵਿੱਚ ਸਿੱਟ ਦਿਓ। ਲਾਸਟ ਵੀਡੀਓ ਦੇ ਵਿੱਚ ਹੈ ਨਾ ਸਾਰੇ ਪੁੱਛੇ ਜਾਂਦੇ ਸੀ ਵੀ ਜਿਹੜੇ ਵੈਜੀਟੇਰੀਅਨ ਨੇਗੇ ਹੈ ਨਾ, ਆਪਾਂ ਐੱਗ ਪਾਏ ਸੀ ਕੇਕ ਵਿੱਚ ਹੈ ਨਾ, ਤਾਂ ਉਹ ਪੁੱਛੀ ਜਾਂਦੇ ਸੀ ਕਿ ਵੀ ਐੱਗ ਜਿਹੜੇ ਨਹੀਂ ਖਾਂਦੇ ਹੈਗੇ ਤਾਂ ਉਹ ਐੱਗ ਤੋਂ ਬਿਨਾਂ ਵੀ ਬਣਾ ਸਕਦੇ ਨੇ, ਬਸ ਉਹ ਬਟਰ ਜਿਹੜਾ ਮੈਲਟ ਕੀਤਾ ਹੁੰਦਾ ਉਹ ਵੱਧ ਪਾ ਦੇ ਜ਼ਿਆਦਾ। ਹਾਂਜੀ, ਉਹਦੇ ਨਾਲ ਵਧੀਆ ਬਣਦਾ, ਆਲਮੋਸਟ ਸੇਮ ਹੀ ਕੇਕ ਹੁੰਦਾ, ਐੱਗ ਤੋਂ ਬਿਨਾਂ ਵੀ ਬਣਾ ਸਕਦੇ। ਹਾਂਜੀ, ਹੁਣ ਅਸੀਂ ਗੁਲਾਬ ਜਾਮਣ ਚਾਣੀ ਦੇ ਵਿੱਚ ਪਾ ਲਈਆਂ ਨੇ, ਥੋੜ੍ਹਾ ਜਿਹਾ ਇਹਨਾਂ ਨੂੰ ਸੇਕ ਲਵਾਉਣਾ ਸਿਮ 'ਤੇ ਕਰਕੇ, ਕਿਉਂਕਿ ਥੋੜ੍ਹੇ ਜਿਹੇ ਵਿੱਚ ਰਿੱਝਣਗੀਆਂ, ਚਾਸ਼ਣੀ ਇਹਨਾਂ ਦੇ ਵਿੱਚ ਪੈ ਜੂਗੀ ਸਾਰੀ। ਕਿੰਨੀ ਕੁ ਟਾਈਮ ਉਬਾਲਣਾ ਮੰਮੀ ਇਹਨਾਂ ਨੂੰ? ਉਬਾਲਣਾ ਨਹੀਂ, ਕਿੰਨੀ ਕੁ ਟਾਈਮ ਚਾਣੀ 'ਚ ਭਿਓਂ ਕੇ ਰੱਖਣਾ? ਚਾਣੀ 'ਚ ਤਾਂ ਥੋੜ੍ਹਾ ਵੱਧ, ਤੁਸੀਂ ਘੱਟੋ ਘੱਟ ਅੱਧਾ ਘੰਟਾ ਭਿਓਂ ਕੇ ਰੱਖੋ, ਚਾਹੇ ਘੰਟਾ ਵੀ ਭਿਓਂ ਕੇ ਰੱਖ ਲਓ, ਉਨੀਆਂ ਜ਼ਿਆਦਾ ਪੋਲੇ ਹੋ ਜਾਂਦੇ ਨੇ, ਪਰ ਜਦੋਂ ਵਿੱਚ ਉਬਾਲਣੀਆਂ ਨੇ ਤਾਂ ਥੋੜ੍ਹੀਆਂ ਜਿਹੀਆਂ ਉਬਾਲਣੀਆਂ ਨੇ, ਦੋ ਚਾਰ ਨੇ। ਅੱਗ ਤੇਜ਼ ਨਹੀਂ ਹੈਗੀ ਮਾੜੀ ਜੀ? ਬਸ ਉਬਲ ਚੁੱਕੀਆਂ, ਐਂ ਤਾਂ ਕਰ ਲੂੰ ਹੁਣ ਜਮਾ ਘੱਟ ਗਈ ਨਹੀਂ, ਬਸ ਸੌਫਟ ਵੀ ਹੋ ਗਿਆ। ਹਾਂਜੀ, ਬਸ ਉਬਲ ਚੁੱਕੀਆਂ, ਹੁਣ ਅਸੀਂ ਗੈਸ ਨੂੰ ਬੰਦ ਕਰ ਦੇਣਾ। ਫਿਰ ਜਿਹੜੀ ਚਾਣੀ ਆ ਵੇਸਟ ਜਾਊਗੀ? ਨਹੀਂ, ਇਹਦੇ ਵਿੱਚ ਕੱਲ ਨੂੰ ਆਪਾਂ ਬ੍ਰੈਡ ਤਲ ਕੇ ਮਿੱਠੇ ਬ੍ਰੈਡ ਬਣਾਵਾਂਗੇ। ਇਹ ਉਹਦੇ ਵਿੱਚ ਵੀ ਪੈ ਸਕਦੀ ਹੈ ਜਿਹੜੀ ਆਪਾਂ ਨੇ ਬ੍ਰੈਡ ਵਾਲੀ ਬਰਫੀ ਬਣਾਉਣੀ ਹੈ, ਇਹ ਉਹਦੇ ਵਿੱਚ ਵੀ ਪੈ ਸਕਦੀ ਹੈ, ਤੁਸੀਂ ਬੇਸਣ ਦੀ ਬਰਫੀ ਬਣਾ ਲਓ, ਜੋ ਕੁਛ ਮਰਜ਼ੀ ਬਣਾ ਲਓ, ਇਹ ਚਾਣੀ ਉਹਦੇ ਵਿੱਚ ਆਪਾਂ ਵਰਤ ਸਕਦੇ ਹਾਂ, ਨਾਲੇ ਛੇਤੀ ਕੰਜ਼ਿਊਮ ਹੋ ਜਾਂਦੀ ਮੁੱਕ ਜੂਗੀ। ਹੁਣ ਤੁਸੀਂ ਇਹਨੂੰ ਢੱਕ ਕੇ ਚੰਗੀ ਤਰ੍ਹਾਂ ਰੱਖ ਦਿਓ, ਘੰਟੇ ਬਾਅਦ ਇਹਨਾਂ ਨੂੰ ਕੱਢੋ, ਤੁਹਾਨੂੰ ਫੁੱਲੀਆਂ ਵੀ ਮਿਲਣਗੀਆਂ। ਹੁਣ ਇੱਕ ਘੰਟਾ ਵੇਟ ਕਰਨਾ, ਇੱਕ ਘੰਟਾ ਵੇਟ ਕਰਨਾ ਪੈਣਾ।
ਸਾਰਿਆਂ ਦੇ ਮੂੰਹ ਚ ਪਾਣੀ ਆ ਗਿਆ ਹੁਣ ਗਰਮ ਗਰਮ ਗੁਲਾਬ ਜਾਮਣ। ਹਾਂਜੀ ਸਾਡੀਆਂ ਗੁਲਾਬ ਜਾਮਣਾਂ ਬਣ ਚੁੱਕੀਆਂ ਨੇ, ਬਾਕੀ ਹੁਣ ਅੱਧੇ ਘੰਟੇ ਤੱਕ ਸਾਰੀ ਫੈਮਿਲੀ ਖਾ ਕੇ ਦੱਸੂਗੀ ਇਹਨਾਂ ਨੂੰ ਕਿੱਦਾਂ ਦੀਆਂ ਲੱਗੀਆਂ। ਉੱਧਰ ਚੱਲ ਰਿਹਾ ਇੰਡੀਆ ਅਤੇ ਪਾਕਿਸਤਾਨ ਦਾ ਸੈਮੀਫਾਈਨਲ ਮੈਚ 2011 ਵਾਲਾ, ਜਿਹੜਾ ਵਰਲਡ ਕੱਪ ਆਪਾਂ ਯੁਵਰਾਜ ਤੋਂ ਬਿਨਾਂ ਕਦੇ ਵੀ ਜਿੱਤ ਨਹੀਂ ਸਕਦੇ ਸੀ, ਕੋਈ ਵੀ ਵਰਲਡ ਕੱਪ ਨਹੀਂ ਜਿੱਤ ਸਕਦੇ ਸੀ ਆਪਾਂ ਕਪਿਲ ਦੇਵ ਉਹਨਾਂ ਨੂੰ ਛੱਡ ਕੇ। ਅਤੇ ਇੱਧਰ ਬਣਾਈਆਂ ਨੇ ਆਪਾਂ ਗੁਲਾਬ ਜਾਮਣਾਂ, ਹੋ ਗਈਆਂ ਰੈਡੀ, ਸਾਰਾ ਟੱਬਰ ਬੈਠਾ ਆਲੇ ਦੁਆਲੇ। ਪਰ ਰਾਜਦੀਪ ਅਤੇ ਰਵੀ, ਤੁਹਾਨੂੰ ਪਤਾ ਕੇਸਾਧਾਰੀ ਬੰਦੇ, ਰਾਜਦੀਪ ਤਾਂ ਵੈਸੇ ਹੀ ਦੂਰ ਬੈਠਾ। ਆ ਜਾ ਰਾਜਦੀਪ, ਤੂੰ ਵੀ ਚੇਅਰ 'ਤੇ ਆ ਜਾ ਪੁੱਤਰੀ, ਹੁਣ ਨਹੀਂ ਹੈ ਨਾ ਆਉਣਾ। ਇਹ ਕਹਿੰਦਾ ਵੀ ਮੈਂ ਕਿਊਟ ਆ ਨਾ ਇਕੱਲਾ ਹੀ, ਸਭ ਤੋਂ ਮੈਂ ਅਲੱਗ ਪੈਣਾ, ਮੈਨੂੰ ਫਿਰ ਵਧੀਆ ਵਧੀਆ ਕਮੈਂਟ ਆਉਂਦੇ ਆ। ਅਤੇ ਚੱਕੋ ਜੀ ਸਾਰੇ ਆਪਣੀਆਂ ਆਪਣੀਆਂ ਗੁਲਾਬ ਜਾਮਣ। ਚਾਚਾ ਅੱਜ ਥੱਲੇ ਆਏ ਨਹੀਂ ਹੈਗਾ, ਚਾਚਾ ਕਹਿੰਦਾ ਮੇਰੀਆਂ ਗੁਲਾਬ ਜਾਮਣ ਉੱਥੇ ਹੀ ਪਹੁੰਚਦੀਆਂ ਕਰ ਦਿਓ। ਵੈਸੇ ਤਾਂ ਇਹ ਸਵਾਦ ਨੇ, ਪਰ ਜਿਵੇਂ ਮੈਂ ਅੱਗੇ ਪਹਿਲਾਂ ਬਣਾਉਣੀਆਂ ਉੱਦਾਂ ਦੀਆਂ ਨਹੀਂ ਬਣੀਆਂ, ਅੱਗੇ ਮੈਂ ਗੈਸ 'ਤੇ ਬਣਾਉਣੀਆਂ, ਸਿਮ ਗੈਸ ਕਰਕੇ ਬਿਲਕੁਲ। ਅੱਜ ਤੂੰ ਕਿਹਾ ਮੰਮੀ ਬਾਹਰ ਬਣਾਉਣੀਆਂ ਨੇ, ਉੱਥੇ ਭੱਠੀ ਥੋੜ੍ਹੀ ਤੇਜ਼ ਸੀ ਇਸ ਕਰਕੇ ਜਲਦੀ ਪੱਕ ਗਈਆਂ, ਭੁਰ ਗਈਆਂ, ਪਰ ਖਾਣ ਨੂੰ ਟੇਸਟੀ ਨੇ, ਟੇਸਟ ਉੱਦਾਂ ਦਾ ਹੀ ਆ। ਛਾਣ ਤੈਨੂੰ ਕਿਵੇਂ ਲੱਗੀਆਂ ਡੈਡੀ? ਤੁਹਾਨੂੰ ਵੀ ਗੁਲਾਬ ਜਾਮਣਾਂ ਵਧੀਆ ਬਣੀਆਂ, ਪਰ ਅੱਜ ਰੋਟੀਆਂ ਰੋਟੀਆਂ ਜਿਹੀ ਨੇ ਉਸ ਤੋਂ। ਅੱਛਾ, ਜਿਵੇਂ ਪਹਿਲਾਂ ਹੁੰਦੀ ਸੀ ਨਾ, ਐਂ ਟਾਇਟ ਬਹੁਤ ਵਧੀਆ, ਇਹ ਅੱਜ ਰੋਟੀਆਂ ਰੋਟੀਆਂ ਨੇ ਥੋੜ੍ਹੀ ਥੋੜ੍ਹੀਆਂ। ਮਹਾਰਾਜ ਤੈਨੂੰ ਕਿਵੇਂ ਲੱਗੀਆਂ? ਬਹੁਤ ਜ਼ਿਆਦਾ। ਚਾਚੀ ਤੁਹਾਨੂੰ? ਮੈਂ ਖਾ ਨਹੀਂ ਸਕਦੀ। ਕਿਉਂ? ਕਣਕ ਦੀ। ਉਹ ਚਾਚੀ ਲਈ ਵੀ ਬਣਾਓ। ਬਹੁਤ ਜਾਣੇ ਨੇ ਇਹ ਉਹਦਾ ਇਲਾਜ ਦੱਸਿਆ ਹੈਗਾ, ਅਤੇ ਹਾਲੇ ਤੱਕ ਹੁਣ ਤਾਂ ਕਰੋਨਾ ਕਰਕੇ ਕਰਫਿਊ ਚੱਲ ਰਿਹਾ। ਸਰ ਵਟ ਵੁੱਡ ਯੂ ਲਾਈਕ ਟੂ ਈਟ? ਲਓ ਦੋ ਜੀ ਗੁਲਾਬ ਜਾਮਣ, ਇਹਨੂੰ ਮਾੜੀ ਜਿਹੀ ਟਰਾਈ ਕਰ ਲਓ, ਖਾ ਲਓ। ਇਹ ਸਾਡਾ ਜਵਾਕ ਜਾਣੀ ਥੋੜ੍ਹਾ ਵੱਧ ਖਾ ਲੈਂਦਾ, ਗਰਮ ਹੋਣਗੀਆਂ ਇਸ ਕਰਕੇ ਇਹਦਾ ਢਿੱਡ ਪਹਿਲਾਂ ਹੀ ਭਰ ਜਾਂਦਾ। ਇਹ ਬੰਦਾ ਉਹ ਸੱਚੇ ਤਾਂ ਰਾਜੀਵ ਦੀ ਭੈਣ ਆ। ਕਿਵੇਂ ਲੱਗੀ ਆ ਬੱਚੇ? ਆਏ ਇੱਕ ਹੋਰ। ਲਓ ਜੀ ਹੁਣ ਆਪਾਂ ਵੀ ਛੱਕਦੇ ਹਾਂ। ਤੋ ਜੀ ਗੁਲਾਬ ਜਾਮਣ ਸਵਾਦ ਨਹੀਂ ਆਇਆ, ਬ੍ਰੈਡਾਂ ਦਾ ਵੀ ਟੇਸਟ ਆਉਂਦਾ ਵਾ, ਪਰ ਜਿਵੇਂ ਮੰਮੀ ਨੇ ਕਿਹਾ ਵੀ ਅੱਜ ਇਹਨਾਂ ਦੀ ਸ਼ੇਪ ਪੂਰੀ ਵਧੀਆ ਨਹੀਂ ਬਣੀ, ਕਿਉਂਕਿ ਆਪਾਂ ਭੱਠੀ 'ਤੇ ਬਣਾਈਆਂ ਨੇ, ਸੇਕ ਥੋੜ੍ਹਾ ਜ਼ਿਆਦਾ ਲੱਗ ਗਿਆ, ਇਸ ਕਰਕੇ ਉੱਧੜ ਜਿਹੀਆਂ ਫਿਰਦੀਆਂ ਨੇ, ਹੈ ਨਾ। ਤੋ ਜੇ ਤੁਸੀਂ ਬਣਾਉਣੀਆਂ ਨੇ ਤਾਂ ਆਪਣੇ ਅੰਦਰ ਜਿਹੜਾ ਰਸੋਈ 'ਚ ਹੁੰਦਾ ਗੈਸ ਚੁੱਲ੍ਹਾ ਉਹਦੇ ਉੱਤੇ ਬਣਾਓ, ਅਤੇ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਰੈਸਪੀ ਕਿੱਦਾਂ ਲੱਗੀ। ਸਾਨੂੰ ਤਾਂ ਬੜੀ ਸਵਾਦ ਲੱਗੀ, ਮੰਮੀ ਉਰੇ ਬੈਠਿਆ ਕਹਿਣਾ ਵੀ ਪੈਂਦਾ, ਬਾਹਰ ਭੱਟੀ ਕਰਕੇ ਥੋੜ੍ਹੀ ਜਿਹੀ ਹੋ ਗਈ। ਅਤੇ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ, ਜਿਹੜਾ ਥੰਬਸ ਅਪ ਲਾਈਕ ਜ਼ਰੂਰ ਕਰਿਆ ਕਰੋ, ਨੋਟੀਫਿਕੇਸ਼ਨ ਔਨ ਕਰ ਲਓ, ਸਬਸਕ੍ਰਾਈਬ ਕਰ ਲਓ, ਅਤੇ ਥੈਂਕ ਯੂ ਸੋ ਮੱਚ, ਲਵ ਯੂ, ਟੇਕ ਕੇਅਰ, ਬਾਏ, ਮਿਲਦੇ ਅਗਲੀ ਵੀਡੀਓ ਵਿੱਚ।